ਜੀ ਕੀ ਨਾਮ ਕੀ ਆਪਣਾ? ਪੂਰਨ ਸਿੰਘ ਵੰਗ, ਸਤਿ ਸ਼੍ਰੀ ਅਕਾਲ ਚੈਰੀਟੇਬਲ ਟਰੱਸਟ ਬੰਬੇ ਤੋਂ। ਜਿਹੜੀ 550 ਸਾਲਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉਸ ਉਪਲਬਧ 'ਚ ਇਹ ਬੱਸ ਜਿਹੜੀ ਹੈ ਉਹ ਕੈਨੇਡਾ ਤੋਂ ਪਿਛਲੇ 2 ਮਹੀਨਿਆਂ ਤੋਂ ਚੱਲ ਕੇ ਵੱਖ ਵੱਖ ਦੇਸ਼ਾਂ ਦੀ ਯਾਤਰਾ ਕਰਦੀ ਹੋਈ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚੀ। ਉਸ ਤੋਂ ਉਪਰੰਤ ਕੱਲ੍ਹ ਬਾਰਡਰ ਰਾਹੀਂ ਕ੍ਰੋਸ ਕਰਕੇ ਇੱਥੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਪਵਿੱਤਰ ਧਰਤੀ 'ਤੇ ਪਹੁੰਚੇ ਹਾਂ। ਗੁਰੂ ਮਹਾਰਾਜ ਨੇ ਇਹ ਸੇਵਾ ਜਿਹੜੀ ਸਾਡੀ ਚੋਲੀ ਪਾਈ ਹੈ, ਅਸੀਂ ਬਾਗਾਂ ਵਾਲੇ ਹਾਂ। ਇਸ ਤੋਂ ਉਪਰੰਤ ਸੁਲਤਾਨਪੁਰ ਲੋਧੀ ਅਨੰਦਪੁਰ ਸਾਹਿਬ ਦਿੱਲੀ ਸ਼੍ਰੀ ਹਜ਼ੂਰ ਸਾਹਿਬ ਤੋਂ ਹੁੰਦੇ ਹੋਏ ਬੰਬੇ ਪੁੱਜੇਗੀ, ਉੱਥੇ ਸਮਾਪਤੀ ਹੈ। ਉਸ ਤੋਂ ਉਪਰੰਤ ਇਹ ਜਿਹੜੀ ਬੱਸ ਹੈ ਸ਼ਿਪ ਰਾਹੀਂ ਵਾਪਸ ਜਾਏਗੀ। ਰਸਤੇ ਦੇ ਵਿਚਕਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸੁਨੇਹਾ ਸੀ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਉਹ ਵੰਡੀ ਜਾ ਰਹੇ ਹਾਂ। ਗੁਰੂ ਮਹਾਰਾਜ ਆਪ ਸੇਵਾ ਲੈ ਰਿਹਾ ਹੈ, ਅੱਗੇ ਵੀ ਇਸੇ ਤਰ੍ਹਾਂ ਹੀ ਰਾਹ ਪੈਂਡੇ ਅੰਗ ਸੰਗ ਸਾਹੀ ਹੋਏ। ਅਸੀਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਣਜੀਤ ਸਿੰਘ, ਹਾਂਜੀ, ਅੱਜ ਜਿਹੜੀ ਬੱਸ ਆਈ ਹੈ, ਕਿੰਨੀ ਤਰੀਕ ਨੂੰ ਤੁਸੀਂ ਉੱਥੇ ਗਏ ਹੋ ਅਤੇ ਕਿੰਨੀ ਤਰੀਕ ਨੂੰ ਅੱਜ ਵਾਪਸ ਆਏ? ਅਸੀਂ ਐਕਚੁਅਲੀ ਟੋਰਾਂਟੋ ਤੋਂ 10 ਸਤੰਬਰ ਨੂੰ ਤੁਰੇ ਹੈਗੇ ਅਤੇ ਗੱਡੀਆਂ ਅਸੀਂ 13 ਸਤੰਬਰ ਨੂੰ ਚੁੱਕੀਆਂ ਲਿਵਰਪੂਲ ਤੋਂ ਇੰਗਲੈਂਡ 'ਚੋਂ ਅਤੇ ਉਸ ਤੋਂ ਬਾਅਦ 440 ਆ। ਕਿੰਨੇ ਹਾਂਜੀ, ਕਿੰਨੇ ਸਿੱਖਾਂ ਦਾ ਜੱਥਾ ਕੁਰਬਾਨਾ ਆਇਆ? ਇਹ ਜੱਥਾ ਕਦੀ ਸਾਡਾ 7 ਤੋਂ ਜਾ ਕੇ 9 ਦਾ ਆਉਂਦਾ ਆ, 7 ਤੋਂ 9 ਜਾਣੇ। ਕਿਹੜੀ ਕਿਹੜੀ ਕੰਟਰੀ ਤੋਂ ਆਪਾਂ ਹੋ ਗਏ ਅਤੇ ਇੱਥੇ ਪਹੁੰਚੇ ਅੰਮ੍ਰਿਤਸਰ? ਅਸੀਂ ਕੈਨੇਡਾ ਤੋਂ ਇੰਗਲੈਂਡ, ਇੰਗਲੈਂਡ ਤੋਂ ਫਰਾਂਸ, ਫਰਾਂਸ ਤੋਂ ਬੈਲਜੀਅਮ, ਬੈਲਜੀਅਮ ਤੋਂ ਹਾਲੈਂਡ, ਹਾਲੈਂਡ ਤੋਂ ਜਰਮਨੀ, ਜਰਮਨੀ ਤੋਂ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਤੋਂ ਇਟਲੀ, ਇਟਲੀ ਤੋਂ ਆਸਟ੍ਰੀਆ, ਆਸਟ੍ਰੀਆ ਤੋਂ ਹੰਗਰੀ, ਹੰਗਰੀ ਤੋਂ ਸਬੇਰੀਆ, ਉਹ ਉਸ ਤੋਂ ਬਾਅਦ ਹੈਗਾ ਆ ਆਸਟ੍ਰੇਲੀਆ ਤੋਂ ਅੱਗੇ ਆ ਗਏ ਆਪਣਾ ਇਰਾਨ 'ਚ ਹੀ ਵੜ ਗਏ ਹਾਂ, ਇਹਦੋਂ ਇੱਕ ਹੋਰ ਕੰਟਰੀ ਉਦੋਂ ਫਿਰ ਉਹ 'ਚ ਨਾ ਭੁੱਲ ਗਿਆ ਅਤੇ ਉਸ ਤੋਂ ਬਾਅਦ ਟਰਕੀ, ਟਰਕੀ ਤੋਂ ਬਾਅਦ ਇਰਾਨ, ਇਰਾਨ ਤੋਂ ਬਾਅਦ ਪਾਕਿਸਤਾਨ, ਇਟਲੀ ਨੂੰ ਹੋ ਕੇ ਪਾਕਿਸਤਾਨ ਤੋਂ ਬਾਅਦ ਅਸੀਂ ਆ ਗਏ। ਡੇਰਾ ਬਾਬਾ ਨਾਨਕ ਥਾਣੀ ਤੁਸੀਂ ਗਏ ਸੀ? ਨਹੀਂ, ਉੱਥੋਂ ਨਹੀਂ ਹੈਗਾ, ਅਸੀਂ ਕਰਤਾਰਪੁਰ ਥਾਣੀ ਤੁਸੀਂ ਗਏ ਸੀ? ਨਹੀਂ ਨਹੀਂ, ਵਾਪਸ ਕਿੱਧਰ ਆ ਗਏ? ਪਰਲੀ ਸਾਈਡ ਤੋਂ ਭਾਈ ਸਾਹਿਬ ਜੀ, ਅਸੀਂ ਆਏ ਹਾਂ ਦੂਜੇ ਤੋਂ, ਆਪਣੇ ਤੋਂ ਇਰਾਨ ਅਤੇ ਅਫਗਾਨਿਸਤਾਨ ਦਾ, ਜਿੱਥੇ ਬਾਕੀ ਤੋਂ ਪਾਕਿਸਤਾਨ ਨੂੰ, ਉਸ ਇਲਾਕੇ ਤੋਂ ਅਸੀਂ ਆਏ ਹਾਂ। ਖਡੂਰ ਸਾਹਿਬ ਤੇ ਗੋਂਦਵਾਲ ਸਾਹਿਬ ਤੇ ਰਾਤ ਸਾਡੀ ਸੁਲਤਾਨਪੁਰ ਲੋਧੀ ਕੱਟਣੀ ਅਸੀਂ। ਕੀ ਸੰਦੇਸ਼ ਲੈ ਕੇ ਚੱਲੇ ਆਪਾਂ ਉੱਥੋਂ? ਜਿਹੜਾ ਸੰਦੇਸ਼ ਅਸੀਂ ਵਰਲਡ ਪੀਸ ਲੈ ਕੇ ਚੱਲੇ ਹਾਂ ਕਿ ਦੁਨੀਆਂ ਦੇ ਵਿੱਚ ਜੋ ਇਸ ਵੇਲੇ ਬਹੁਤ ਜ਼ੁਲਮ ਹੋ ਰਿਹਾ, ਆਪਸ ਵਿੱਚ ਬਹੁਤ ਨਫ਼ਰਤ ਵੱਧ ਰਹੀ ਆ, ਉਹਨੂੰ ਅਸੀਂ ਚਾਹੁੰਦੇ ਕਿ ਜਿਹੜੀ ਨਫ਼ਰਤ ਘਟਾ ਕੇ ਆਪਸੀ ਪਿਆਰ ਕਰਕੇ ਜੋ ਵੀ ਗੱਲਾਂ ਬਾਤਾਂ ਉਹ ਟੇਬਲ 'ਤੇ ਹੱਲ ਹੋਣੀ ਚਾਹੀਦੀਆਂ ਅਤੇ ਆਪਣਾ ਲੜਾਈਆਂ ਨਾਲ ਨਹੀਂ।